ਸੋ ਹੁਣ ਪੌਣਾ ਘੰਟਾ ਤਕਰੀਬਨ ਹੋ ਗਿਆ ਅਸੀਂ ਬਾਹਰ ਖੜੇ ਹਾਂ ਕਹਿੰਦੇ ਕਿ ਚੀਫ ਮਿਨਿਸਟਰ ਸਾਹਿਬ ਨੂੰ ਪੁੱਛਦੇ ਹਾਂ ਕੋਈ ਕਹਿੰਦਾ ਦੋ ਬੰਦੇ ਕੋਈ ਕਹਿੰਦਾ ਤਿੰਨ ਬੰਦੇ ਕੋਈ ਕਹਿੰਦਾ ਪਿੱਛੇ ਹੋ ਕੇ ਖੜੇ ਹੋ ਜਾਓ ਬੇਸਿਕਲੀ ਚਾਹੀਦਾ ਇਹ ਸੀਗਾ ਕਿ ਅਸੀਂ ਚੀਫ ਮਿਨਿਸਟਰ ਦੇ ਬਾਹਰ ਚ ਆਏ ਹਾਂ ਕਿਸੇ ਦੇ ਘਰੇ ਵੀ ਕੋਈ ਜਾਂਦਾ ਹੈ ਪੰਜਾਬ ਦੀ ਸੱਭਿਅਤਾ ਹੈ ਕਿ ਉਹਨੂੰ ਪਹਿਲਾਂ ਬਿਠਾਉਂਦੇ ਆ ਫਿਰ ਉਹਨੂੰ ਪਾਣੀ ਚਾਹ ਪਿਆਉਂਦੇ ਆ ਹੋ ਸਕਦਾ ਚੀਫ ਮਿਨਿਸਟਰ ਕਿਸੇ ਕੰਮ ਚ ਵਿਅਸਤ ਹੋਣ ਸਾਨੂੰ ਘੰਟਾ ਲੇਟ ਮਿਲਣ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਤਰ੍ਹਾਂ ਦਾ ਵਤੀਰਾ ਕਦੇ ਡੀ ਐਸ ਪੀ ਸਾਹਿਬ ਆ ਗਏ ਕਦੇ ਐਸ ਐਚ ਓ ਸਾਹਿਬ ਆ ਗਏ ਕਦੇ ਕੋਈ ਕਹਿੰਦਾ ਉਹ ਸਾਈਡ ਤੇ ਚਲੋ ਉਹ ਐਲ ਐਮ ਜੀ ਉੱਥੇ ਲਾ ਕੇ ਬੀਟਤੀ ਹੈ ਕਿ ਜਿਵੇਂ ਅਸੀਂ ਕੋਈ ਕ੍ਰਿਮੀਨਲਸ ਆਏ ਹੋਈਏ ਅਸੀਂ ਕੇਵਲ ਪੰਜਾਬ ਦੀ ਗੱਲ ਕਰਨ ਆਏ ਹਾਂ ਕੁਝ ਅਹਿਮ ਮਸਲੇ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਹੋ ਰਹੇ ਨੇ ਜਾਣ ਬੁੱਝ ਕੇ ਕੁਝ ਲੋਕਾਂ ਨੂੰ ਟਾਰਗੇਟ ਆਪਦੀਆਂ ਨਾਕਾਮੀਆਂ ਲੁਕਾਉਣ ਦੀ ਖਾਤਰ ਕੀਤਾ ਜਾ ਰਿਹਾ ਸੋ ਇਸ ਕਰਕੇ ਅਸੀਂ ਸਾਰੇ ਨਿਰੰਤਰ ਇੱਥੇ ਇਕੱਠੇ ਹੋ ਕੇ ਹੁਣ ਜੇ ਕੋਈ ਸਾਨੂੰ ਬਿਠਾਉਣਾ ਸਾਨੂੰ ਮਿਲਣਾ ਨਹੀਂ ਚਾਹੁੰਦਾ ਸਾਨੂੰ ਇੱਕ ਮਿੰਟ ਬਾਈ ਇੱਕ ਮਿੰਟ ਕੋਈ ਗੱਲ ਨਹੀਂ ਆਪਣਾ ਤਾਂ ਰੁਕੋ ਜੇ ਸਾਨੂੰ ਕੋਈ ਮਿਲਣਾ ਨਹੀਂ ਚਾਹੁੰਦਾ ਕੱਲ੍ਹ ਨੂੰ ਤੁਸੀਂ ਆਖੋਗੇ ਵੀ ਇਹ ਚੁਣੇ ਹੋਏ ਨੁਮਾਇੰਦੇ ਸੀ ਇਹ ਕੀ ਗੱਲ ਕਰ ਰਹੇ ਨੇ ਜਦੋਂ ਕੋਈ ਮਿਲਣਾ ਨਹੀਂ ਚਾਹੁੰਦਾ ਫਿਰ ਅਸੀਂ ਹੁਣ ਇਹ ਮਨ ਬਣਾ ਰਹੇ ਹਾਂ ਕਿ ਅਸੀਂ ਇੱਥੇ ਬੈਠੀਏ ਆਪਦੀ ਗੱਲ ਤਾਂ ਲੋਕਾਂ ਤੱਕ ਪਹੁੰਚਾਈਏ ਅਸੀਂ ਕੀ ਗੱਲ ਕਰਨਾ ਸੀ ਇੱਥੇ ਸੋ ਇਸ ਕਰਕੇ ਹੋਰ 5 ਮਿੰਟ ਕਿਉਂਕਿ ਪੌਣਾ ਘੰਟਾ ਆਲਰੇਡੀ ਹੋ ਚੁੱਕਿਆ ਹੈ 5 ਮਿੰਟ ਹੋਰ ਉਡੀਕਾਂਗੇ ਜੇ ਮੁੱਖ ਮੰਤਰੀ ਸਾਹਿਬ ਨਹੀਂ ਮਿਲਣਾ ਚਾਹੁੰਦੇ ਤਾਂ ਅਸੀਂ ਸ਼ਾਂਤੀਪੂਰਕ ਤਰੀਕੇ ਦੇ ਨਾਲ ਬਿਨਾਂ ਕਾਨੂੰਨ ਨੂੰ ਹੱਥ ਚ ਲਿਆ ਕਿਉਂਕਿ ਸਾਰੇ ਬਿਨਾਂ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਦਾ ਆਰਾਮ ਨਾਲ ਇੱਥੇ ਬੈਠ ਕੇ ਬੈਠਾਂਗੇ ਔਰ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਹੋਏਗਾ ਸਾਨੂੰ ਸੱਦ ਲਏਗਾ ਤੇ ਅਸੀਂ ਗੱਲ ਕਰਾਂਗੇ ਕਿਉਂਕਿ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਅਸੀਂ ਕੰਧ ਟੱਪ ਕੇ ਤਾਂ ਜਾ ਨਹੀਂ ਸਕਦੇ ਸੋ ਇਹੀ ਹੈ ਕਿ ਅਸੀਂ ਇੱਥੇ ਬੈਠਦੇ ਹਾਂ ਜਦੋਂ ਮੁੱਖ ਮੰਤਰੀ ਸੱਦ ਲਏਗਾ ਉਦੋਂ ਕਿਉਂ ਜੀ ਦੱਸੋ ਜੀ ਸਰ ਬਿਲਕੁਲ ਠੀਕ ਹੈ ਉਹਨਾਂ ਚ ਕਰ ਫਿਰ ਨਹੀਂ ਠੀਕ ਹੈ ਹੋਰ 2 ਮਿੰਟ ਆਪਾਂ ਵੇਟ ਕਰ ਸਕਦੇ ਹਾਂ ਭਾਈ ਹੋਰ ਥੋੜਾ ਖੁੱਲਾ ਕਰ ਲੈਣਾ ਥੋੜਾ ਮਗਰ ਹੋ ਜਾਓ ਥੋੜਾ ਤੂੰ ਆ ਜਾਓ ਭਾਈ ਕਿ ਸਾਰਾ ਘੇਰਾ ਮੈਂ ਪਿਛਲੇ ਅਜੇ ਪਾਜੀ ਇੱਧਰ ਤੂੰ ਆ ਜਾਓ ਇੱਧਰ ਇੱਧਰ ਫੁੱਫੜ ਜੀ ਅਰਨਾਬ ਜੀ ਆਇਓ ਆ ਜਾਓ ਸਾਡੇ ਕੋਲੇ ਨੇੜੇ ਫੁੱਫੜ ਦਾ ਖਿਆਲ ਰੱਖ ਇੱਧਰ ਆ ਜਾਓ ਕਾਮਿਲ ਜੀ ਗੱਲ ਐ ਸੋ ਮਰ ਬੜਾ ਗੁੱਸਿਆ ਹੋਇਆ ਪਰ ਗੜਬੜੀ ਹੁੰਦੀ ਨਹੀਂ ਅੱਗੇ ਆਉਣਾ ਵਾ ਕੋਈ ਰਾਸਤਾ ਨਹੀਂ ਹੋਊਗਾ ਕਿ ਜੇ ਆਪ ਪਿੱਛੇ ਹੋ ਜਾਓ ਅੱਗੇ ਆਉਣ ਜੇ ਤੂੰ ਆਪ ਜੇ ਵੀ ਕਿ ਜਦੋਂ ਕੋਈ ਗੱਡੀ ਆਏਗੀ ਨਾ ਗੱਲ ਕਰਕੇ ਸੋ ਜਿਹੜਾ ਵੀ ਤੁਹਾਡਾ ਵਾਹੀਕਲ ਆਏਗਾ ਨੋ ਪ੍ਰੋਬਲਮ ਅਸੀਂ ਕੋ ਪਾਗਲ पानी का गिलास मंगा के चाह का कप पुछ एल एम जी मंगा ली जिधर एल एम जी चलान की लोड़ सी उधर कदे मूह नहीं किया सब जेडे एक्स मिनिस्टर्स ने एक्स एमएलएस ने जां एमएलएस ने ਹੋਰ ਕੋਈ ਬੰਦਾ ਨਹੀਂ ਕੋਈ ਬੰਦਾ ਮਿਟਾਰ ਸਿੰਘ ਕੰਟੈਸਟਡ ਕੈਂਡੀਡੇਟ ਨੇ ਹੋਰ ਕੋਈ ਗਏ ਜ਼ਿੰਮੇਵਾਰ ਬੰਦੇ ਇੰਸਪੈਕਟਰ ਸਾਹਿਬ ਗਏ 25 30 ਬੰਦੇ ਆ ਸਾਰੇ ਅਸੀਂ ਆਪ ਹੀ ਆਈਡੈਂਟੀਫਾਈ ਕਰ ਦਾਂਗੇ ਕੋਈ ਗੈਰ ਜ਼ਿੰਮੇਵਾਰ ਆਦਮੀ ਨਹੀਂ ਜਾਏ ਹਾਂਜੀ ਮੈਂ ਖੜਾ ਹਾਂ ਜੀ ਬਾਹਰ ਯਾਰ
45 ਡਿਗਰੀ ਆਈ ਟੈਂਪਰੇਚਰ ਵੀ ਹੈ ਬਾਹਰ 5 ਸਾਲ ਦੇ ਸਪੀਕਰ ਸਾਹਿਬ ਖੜੇ ਨੇ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਸਾਰੇ ਜ਼ਿੰਮੇਵਾਰ ਲੋਕ ਹੈ ਕਿਹਦਾ ਤੁਹਾਡਾ ਸਾਡਾ कंटेस्टेड कैंडिडेट्स एमएलएज और एक्स एमएलएज मिनिस्टर्स और कोई मैक्सिमम गिनती इज अराउंड 25 टू 30 में और मे बी नहीं जेडे पे कंटेस्ट की थी आज का नहीं की दो तीन बजे सद लेंगे दसिया तैयार हो गए वैसे इन्नी गल होनी नहीं चाहिए अपने वेले भी कुछ सीएमओ चाहता सी तो नहीं चलो चीफ मिनिस्टर अद्धा घंटा ठहर के भी मिल लेंदा सी तो पर बिठा लिया था ये तो सब तो पहली गल होनी चाहिए ना सिंह बहुत टाइम कोई बंदा हूं आ गया इत्थे दीन दुखी इंकलाब जिंदाबाद और इंकलाब आ गया ना कोई दीन दुखी आ गया गेट ते भाई भाव तो सही वैसे पंजाब दे लोगों ने भी दसना चाहते हैं विखा दो सड़क सुनिया इन्हों कि कोई बंदा नहीं कोई परिंदा नहीं सरकार बनी है आम आदमी पार्टी की सरकार लोग कहते कि आम लोग दरवाजे खोले जाएंगे उ तार है उदी वादी फोर्स है तो आ सारे उद्दमे खड़े डेलीगेशन मिलना डेलीगेशन च थोड़ा दस्या कि किन्ने आने मिलना उन्हें आ जाओ सवेरे ना उन्हें पूछा नंबर किन्ना तो उन्हें सद ले बंदे डेलीगेशन हाँ जी सीएमओ च जितने गल हुई है अंदरों का पूछा कहते कोई टाइम नहीं ਸਾਈਡ ਹੋਰ ਕਿਹੜੀ ਹੁੰਦੀ ਹੈ ਸਾਈਡ ਹੈ ਇੱਥੇ ਕੋਈ ਕਿਹੜੀ ਸਾਈਡ ਹੈ
बिलकुल नहीं किसी का राह रोकना है गड्डी जे किसी टपाउनी है टपाओ नो प्रॉब्लम कोई अगर नहीं जान चून दें फिर बह जाने तीकर खड़े क्यों है बह तो जाओ कुर्सी आपा कोई धरने के रूप च नहीं बैठ रहे आपा तो यह कह रहे हैं पीआरबी में टाई अप करके पता करो कोई मेमोरेंडम लेने के लिए मटौर चौक कोई ओएसडी जा सकते हैं यही कर सकते हैं टाई अप करके बताओ उसको बताना इंस्पेक्टर जसपाल भुल्लर है सचू छत्तीस फिर और की हल है अपर दे दियो जी 10 मिनट और देख लो बैठो नहीं तो फिर शायद विजडम प्रवेल करे चांसेस घट ही रहे हैं यू नो लाइक जिन्ना जे नो परमिट ना दिल्ली में मिले और फिर विजडम भी प्रवेल नहीं करते और देन वी कैन पुट इट अप ना नहीं जी वेखो जे नहीं मिलना चाहता चीफ मिनिस्टर तो फिर बह जाओ जे दूर तीन बजे तक खड़ा के अपन पाना है तो फिर आप फिर मिलके भी की करना जैन शांतिपूर्वक तरीके दे नाल अज असी चीफ मिनिस्टर साहब दे घरों टाइम मिलन ते तमाम लीडरशिप इत्थे आई सी उन्हां नूं मिलन वास्ते जिहड़े सीएलपी लीडर तमाम साडे डिप्टी मुख्यमंत्री आपने बात करी नहीं गवर्नर हाउस जां जिहड़े कंटेस्टेड कैंडीडेट्स ने उही आए हैं 50-60-70 लोग ਸੋ ਹੁਣ ਪੌਣਾ ਘੰਟਾ ਤਕਰੀਬਨ ਹੋ ਗਿਆ ਅਸੀਂ ਬਾਹਰ ਖੜੇ ਹਾਂ ਕਹਿੰਦੇ ਆ ਕਿ ਚੀਫ ਮਿਨਿਸਟਰ ਸਾਹਿਬ ਨੂੰ ਪੁੱਛਦੇ ਹਾਂ ਕੋਈ ਕਹਿੰਦਾ ਦੋ ਬੰਦੇ ਕੋਈ ਕਹਿੰਦਾ ਤਿੰਨ ਬੰਦੇ ਕੋਈ ਕਹਿੰਦਾ ਪਿੱਛੇ ਹੋ ਕੇ ਖੜੇ ਹੋ ਜਾਓ ਬੇਸਿਕਲੀ ਚਾਹੀਦਾ ਇਹ ਸੀਗਾ ਕਿ ਅਸੀਂ ਚੀਫ ਮਿਨਿਸਟਰ ਦੇ ਬਾਹਰ ਚ ਆਏ ਹਾਂ ਕਿਸੇ ਦੇ ਘਰੇ ਵੀ ਕੋਈ ਜਾਂਦਾ ਇਹ ਪੰਜਾਬ ਦੀ ਸੱਭਿਅਤਾ ਹੈ ਕਿ ਉਹਨੂੰ ਪਹਿਲਾਂ ਬਿਠਾਉਂਦੇ ਆ ਫਿਰ ਉਹਨੂੰ ਪਾਣੀ ਚਾਹ ਪਿਆਉਂਦੇ ਆ ਹੋ ਸਕਦਾ ਚੀਫ ਮਿਨਿਸਟਰ ਕਿਸੇ ਕੰਮ 'ਚ ਵਿਅਸਤ ਹੋਣ ਸਾਨੂੰ ਘੰਟਾ ਲੇਟ ਮਿਲਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਦਾ ਵਤੀਰਾ ਕਦੇ ਡੀਐਸਪੀ ਸਾਹਿਬ ਆ ਗਏ ਕਦੇ ਐਸਐਚਓ ਸਾਹਿਬ ਆ ਗਏ ਕਦੇ ਕੋਈ ਕਹਿੰਦਾ ਉਹ ਸਾਈਡ ਤੇ ਚਲੋ ਉਹ ਐਲਐਮਜੀ ਉੱਥੇ ਲਾ ਕੇ ਬੀੜਤੀ ਹੈ ਕਿ ਜਿਵੇਂ ਅਸੀਂ ਕੋਈ ਕ੍ਰਿਮੀਨਲਸ ਆਏ ਹੋਈਏ ਅਸੀਂ ਕੇਵਲ ਪੰਜਾਬ ਦੀ ਗੱਲ ਕਰਨਾ ਹੈ ਕੁਝ ਅਹਿਮ ਮਸਲੇ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਹੋ ਰਹੇ ਨੇ ਜਾਣ ਬੁੱਝ ਕੇ ਕੁਝ ਲੋਕਾਂ ਨੂੰ ਟਾਰਗੇਟ ਆਪਦੀਆਂ ਨਾਕਾਮੀਆਂ ਲੁਕਾਉਣ ਦੀ ਖਾਤਰ ਕੀਤਾ ਜਾ ਰਿਹਾ ਹੈ ਸੋ ਇਸ ਕਰਕੇ ਅਸੀਂ ਸਾਰੇ ਨਿਰੰਤਰ ਇੱਥੇ ਇਕੱਠੇ ਹੋ ਕੇ ਆਏ ਹੁਣ ਜੇ ਕੋਈ ਸਾਨੂੰ ਬਿਠਾਉਣਾ ਸਾਨੂੰ ਮਿਲਣਾ ਨਹੀਂ ਚਾਹੁੰਦਾ ਸਾਨੂੰ ਇੱਕ ਮਿੰਟ ਬਾਈ ਇੱਕ ਮਿੰਟ ਕੋਈ ਗੱਲ ਨਹੀਂ ਆਪਣਾ ਤਾਂ ਰੁਕ ਜਾਓ ਯਾਰ ਜੇ ਸਾਨੂੰ ਕੋਈ ਮਿਲਣਾ ਨਹੀਂ ਚਾਹੁੰਦਾ ਕੱਲ੍ਹ ਨੂੰ ਤੁਸੀਂ ਆਖੋਗੇ ਵੀ ਇਹ ਚੁਣੇ ਹੋਏ ਨੁਮਾਇੰਦੇ ਸੀ ਇਹ ਕੀ ਗੱਲ ਕਰ ਰਹੇ ਨੇ ਜਦੋਂ ਕੋਈ ਮਿਲਣਾ ਨਹੀਂ ਚਾਹੁੰਦਾ ਫਿਰ ਅਸੀਂ ਹੁਣੇ ਮਨ ਬਣਾ ਰਹੇ ਹਾਂ ਕਿ ਅਸੀਂ ਇੱਥੇ ਬੈਠੀਏ ਆਪਦੀ ਗੱਲ ਤਾਂ ਲੋਕਾਂ ਤੱਕ ਪਹੁੰਚਾਈਏ ਅਸੀਂ ਕੀ ਗੱਲ ਕਰਨਾ ਸੀ ਇੱਥੇ ਸੋ ਇਸ ਕਰਕੇ ਹੋਰ 5 ਮਿੰਟ ਕਿਉਂਕਿ ਪੌਣਾ ਘੰਟਾ ਆਲਰੇਡੀ ਹੋ ਚੁੱਕਿਆ ਹੈ 5 ਮਿੰਟ ਹੋਰ ਉਡੀਕਾਂਗੇ ਜੇ ਮੁੱਖ ਮੰਤਰੀ ਸਾਹਿਬ ਨਹੀਂ ਮਿਲਣਾ ਚਾਹੁੰਦੇ ਤਾਂ ਅਸੀਂ ਸ਼ਾਂਤੀਪੂਰਕ ਤਰੀਕੇ ਦੇ ਨਾਲ ਬਿਨਾਂ ਕਾਨੂੰਨ ਨੂੰ ਹੱਥ 'ਚ ਲਿਆ ਕਿਉਂਕਿ ਸਾਰੇ ਬਿਨਾਂ ਕਾਨੂੰਨ ਨੂੰ ਹੱਥ 'ਚ ਲਿਆ ਅਸੀਂ ਆਪਦਾ ਆਰਾਮ ਨਾਲ ਇੱਥੇ ਬੈਠ ਕੇ ਬੈਠਾਂਗੇ ਔਰ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਹੋਏਗਾ ਸਾਨੂੰ ਸੱਦ ਲਏਗਾ ਤਾਂ ਅਸੀਂ ਗੱਲ ਕਰ ਲਾਂਗੇ ਕਿਉਂਕਿ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਅਸੀਂ ਕੰਧ ਟੱਪ ਕੇ ਤਾਂ ਜਾ ਨਹੀਂ ਸਕਦੇ ਸੋ ਇਹੀ ਹੈ ਕਿ ਅਸੀਂ ਇੱਥੇ ਬੈਠਦੇ ਹਾਂ ਜਦੋਂ ਮੁੱਖ ਮੰਤਰੀ ਸੱਦ ਲਏਗਾ
ਉਦੋਂ ਕਿਉਂ ਜੀ ਦੱਸੋ ਜੀ ਸਾਹਿਬ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਉਹਨਾਂ ਚ ਕਰ ਫਿਰ ਨਹੀਂ ਠੀਕ ਹੈ ਹੋਰ 2 ਮਿੰਟ ਆਪਾਂ ਵੇਟ ਕਰ ਸਕਦੇ ਹਾਂ बैठो बैठो बैठो।